उड़ जाओ उड़ जाओ उड़ जाओ। हां जी, की हाल चाल? सानू प्यार वैशिकाल, मैं रमन, ते तुसी देख रहे YouTube चैनल रमन के व्लॉग्स। पीछे बैठी अमन, इधर बैठे मम्मा, ते एक कौन है सामने? नीलम। ये नीलम ये भी साडे एक फैमिली मेंबर है। दो कारा दे विच आए हैं असी, पहली कार साडे कोल है, दूजी कार आंदी पई है पिछे। किन्नी पिछे है सानू भी नहीं पता क्योंकि आपां जदों ही उन्हां नूं फोन करदे आ ओह कह दिंदे आपां तुहाडे पिछे आ रहे हैं, बट साडे पिछे जिहड़ी ये कार आ रही है इहदे च ओह हैगे नहीं। ਉਹਨਾਂ ਕੋਲ ਅਲਟੋ ਹੈ ਤੇ ਇਹ ਆ ਰਹੀ ਹੈ ਮਰੂਤੀ। ਬਸ ਹੁਣ ਆਪਾਂ ਦੇਖੀ ਜਾ ਰਹੇ ਹਾਂ ਪਿੱਛੇ ਪਿੱਛੇ ਪਿੱਛੇ, ਸਾਨੂੰ ਦਿਖ ਨਹੀਂ ਰਿਹਾ ਵਾ, ਆਪਾਂ ਚੱਲੀ ਜਾ ਰਹੇ ਹਾਂ। ਜਦੋਂ ਹੁਣ ਅੱਗੇ ਪਹੁੰਚਾਂਗੇ, ਜਦੋਂ ਮਿਲਣਗੇ ਫਿਰ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ। ਅਮਰ, ਅਸੀਂ ਜਾ ਕਿੱਥੇ ਰਹੇ ਹਾਂ ਅੱਜ? ਪਤਾ ਨਹੀਂ, ਡਾਕਟਰ ਕੋਲ ਜਾ ਰਹੇ ਹਾਂ ਅਸੀਂ। ਕਿਸੇ ਆਪਾਂ ਡਾਕਟਰ ਕੋਲ ਜਾ ਰਹੇ ਹਾਂ ਜੀ, ਦੇਖ ਲਓ ਘੁੰਮਣ ਜਾ ਰਹੇ ਹਾਂ ਅਸੀਂ, ਘੁੰਮਣ ਜਾ ਰਹੇ ਹਾਂ ਅਸੀਂ ਤੇ ਇਹ ਅਮਨ ਨੂੰ ਜਾਣਾ ਡਾਕਟਰ ਕੋਲ। ਅਮਨ ਨੂੰ ਆਪਾਂ ਡਾਕਟਰ ਕੋਲ ਛੱਡ ਦੇਣਾ, ਆਪਾਂ ਨਿਕਲ ਜਾਾਂਗੇ ਉੱਥੋਂ ਘੁੰਮਣ। ਅਮਨ ਨੂੰ ਮੈਂ ਕੋਈ ਨਹੀਂ ਜਾਣਾ। 8 ਜਣੇ ਟੋਟਲ ਜਾ ਰਹੇ ਹਾਂ ਜੀ, 4 ਆ। हेलो कर दो। हैरी उस गड्डी चो, इस गड्डी चो आया। हैरी नूं पता कि इधर व्लॉग शूट हो रहा है ते हैरी दी मम्मी दस रही सी, कह रही हैरी भी सारा दिन लग्या रहंदा। हेलो गाइस, माय नेम इज हर्षल। हैरी कैसे बोलते हैं, बोल के दिखा एक कोरी। माय नेम इज हर्षल। हेलो गाइस। हेलो गाइस, माय नेम इज हर्षल। माय नेम इज हर्षल। तो की खाना? ऑरेंज। ऑरेंज केड़े कलर दे? ऑरेंज खाने हैं। केड़े कलर दे हैरी? ऑरेंज का मम्मा इनू की कहंदे आ? चालू है हरदीप कह रहे होने डॉक्टर बड़ी दूर का लभ्या। ठीक कह रहा आप कोई भूखी लगी है? अच्छा बाबी कह रही भूख लगी करी। हो गए वेले तुसी? आपा 4 बजे तुरे होए, किन्ने बजे पहुंचे अपनी फोन च टाइम दिखाई? 4 बजे ते कोई नहीं तुरे, 4 बजे तुरे सी। अरे तू टाइम दिखा आईफोन टाइम देख। 5 बजे ते 5 बजे आपा वेले भी हो गए ते आपा 4:55 ते पहुंचे सी मेरे ख्याल नाल। चलो जी हुण आपां चलदे आ घरे वापिस। उरे जी सामने बड़े सारे मोर घूमदे पए सी, आपां देखिया ते आपां कहा चलो थोड़ा जिहा व्लॉग शूट कर लईए उहनां दा। उधरों गैप हो गए, हुण उह देखो दिख रहे ने जी।
ਸਾਨੂੰ ਲੱਗਿਆ ਸੀਗਾ ਕਿ ਇੱਥੇ ਆਵਾਂਗੇ ਕੋਈ ਨਾ ਕੋਈ ਸਾਨੂੰ ਡਾਂਟਾ ਨਾ ਲੱਗ ਜਾਏ, ਬਟ ਅੰਕਲ ਸਪੈਸ਼ਲ ਮੰਜਾ ਲੈ ਕੇ ਆਏ ਨੇ ਸਾਡੇ ਲਈ। ਓਏ ਤੇ ਦੌੜ ਗਏ ਯਾਰ ਸਾਰੇ, ਆਪਾਂ ਜਾ ਰਹੇ ਸੀਗੇ। ਹੈਲੋ ਹੈਲੋ, ਮਾਈ ਨੇਮ ਇਜ਼ ਹਰਸ਼ਲ। ਭਾਈ ਤੁਸੀਂ ਯਾਰ ਦੇਖਣ ਗਏ, ਮੋਰ ਨਿਕਲ ਗਿਆ। ਹਾਂਜੀ ਨਾ ਨਾ, ਲੋਕ ਨੀ ਗਏ ਇੱਥੇ। ਬਣ ਰਿਹਾ ਗੁੜ, ਆਪਾਂ ਲੈਣਾ ਆ ਗਰਮ ਗਰਮ ਗੁੜ, ਤੁਹਾਨੂੰ ਦਿਖਾਉਂਦੇ ਆ ਕਿੱਦਾਂ ਬਣਦਾ। ਬਣ ਰਿਹਾ ਜੀ ਗੁੜ। ਇਹ ਜਿਹੜਾ ਤੁਸੀਂ ਸਾਹਮਣੇ ਤਿੰਨ ਚਾਰ ਖਾਨੇ ਦੇਖ ਰਹੇ ਹੋ, ਇਹਨਾਂ ਦੇ ਵਿੱਚ ਹੈਗਾ ਏ ਗੰਨੇ ਦਾ ਰਸ। ਗੰਨੇ ਦਾ ਰਸ ਪੈ ਕੇ ਜਦੋਂ ਉਹ ਪਲੇ ਚੱਕ ਕੇ ਜਦੋਂ ਬਣਦਾ ਰਹੇਗਾ, ਉਸ ਤੋਂ ਬਾਅਦ ਉੱਥੇ ਕੱਢਦੇ ਰਹਿਣੇ ਉਹਨੂੰ ਸੁੱਕੇ ਵਾਲੇ ਨੂੰ। ਇਹ ਜਿਹੜਾ ਇਹ ਵਾਲਾ ਜਿਹੜਾ ਇਹ ਹੈਗਾ ਜੀ ਗੁੜ, ਉਸ ਤੋਂ ਬਾਅਦ ਇਹ ਸਾਰਾ ਇੱਥੇ ਆਏਗਾ, ਇੱਥੋਂ ਦੀ ਕਟਿੰਗ ਹੋ ਕੇ ਇਹ ਬਣਦਾ ਪਿਆ। ਆਪਾਂ ਉੱਥੇ ਦੇਖਦੇ ਹਾਂ, ਉੱਥੇ ਚੱਲੋ। ਪਹੁੰਚ ਗਿਆ ਕਪਾਲ ਮੋਚਨ ਗੁਰਦੁਆਰਾ ਸਾਹਿਬ, ਹੁਣੇ ਗੱਡੀ ਪਾਰਕ ਕੀਤੀ ਹੈ। ਹਾਂਜੀ ਸੋ ਗਾਇਸ, ਗੁੜ ਲੈ ਕੇ ਐਂਡ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਸਾਰੇ ਕੰਮ ਕਰਕੇ ਹੋ ਗਏ ਜੀ ਫ੍ਰੀ। ਹੁਣ ਆਪਾਂ ਚੱਲੇ ਹਾਂ ਘਰੇ ਵਾਪਸ। ਵਲੋਗ ਨੂੰ ਆਪਾਂ ਇੱਥੇ ਕਰਦੇ ਹਾਂ ਜੀ ਖਤਮ। ਆਈ ਹੋਪ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਨਾ, ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ। ਜੇ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਬੈਲ ਆਈਕਨ ਕਲਿੱਕ ਜ਼ਰੂਰ ਕਰਿਓ। ਜਿਨ੍ਹਾਂ ਨੇ ਹਾਲ ਤੱਕ ਸਾਨੂੰ ਇੰਸਟਾਗ੍ਰਾਮ ਐਂਡ ਫੇਸਬੁੱਕ 'ਤੇ ਨਹੀਂ ਫੋਲੋ ਕੀਤਾ, ਡਿਸਕ੍ਰਿਪਸ਼ਨ ਤੋਂ ਅਕਾਊਂਟ ਲੈ ਕੇ ਫੋਲੋ ਕਰ ਲਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰੱਖਾ, ਬਾਏ ਬਾਏ, ਗੁੱਡ ਨਾਈਟ।